ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਖੇ ਹੋਏ ਇੱਕ ਦਲਿਤ ਵਿਅਕਤੀ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਕੁੱਟ ਮਾਰ ਕੇ ਉਸ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦਲਿਤ ਵਿਅਕਤੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਪਿੰਡ ਕਾਇਲੇ ਵਾਲਾ ਫਿਰੋਜ਼ਪੁਰ ਦੇ ਰਹਿਣ ਵਾਲਾ ਹੈ ਤੇ ਉਹ ਕਿਸੇ ਕੰਮ ਸੁਲਾਣੀ ਤੋਂ ਵਾਪਸ ਆ ਰਿਹਾ ਸੀ ਤੇ ਰਸਤੇ ਵਿੱਚ ਪਿੰਡ ਦੇ ਸਾਬਕਾ ਸਰਪੰਚ ਗੁਰਜੰਟ ਸਿੰਘ ਤੇ ਪ੍ਰਤਾਪ ਸਿੰਘ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਆਪਣੀ ਗੱਡੀ 'ਚ ਆਏ ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕਰਨ ਅਤੇ ਗਾਲੀ ਗਲੋਚ ਕਰਨ ਲੱਗ ਪਏ। ਉਸ ਤੋਂ ਬਾਅਦ ਉਸ ਦੀ ਦਸਤਾਰ ਲਾ ਦਿੱਤੀ ਤੇ ਦਾੜੀ ਦੀ ਵੀ ਬੇਅਦਬੀ ਕੀਤੀ। ਦਲਿਤ ਵਿਅਕਤੀ ਤਰਸੇਮ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਵਾਇਆ ਜਾਵੇ। ਕੀ ਨਾਮ ਹੈ ਜੀ ਤੇਰਾ? ਤਰਸੇਮ ਸਿੰਘ। ਕਿੱਥੋਂ ਰਹਿਣ ਵਾਲੇ? ਕਾਲੀ ਵਾਲੇ ਰਹਿਣ ਵਾਲਾ ਜੀ। ਗਲਤ ਪ੍ਰਭਾਵ ਨਾਲ ਮੈਂ ਸੁੰਦਰ ਰਾਜਦਾ ਜੀ ਤੇ ਜੋ ਮੈਂ ਸਲਾਣੀ ਤੋਂ ਪੱਕਾ ਵੇਖ ਕੇ ਆਇਆ ਹੀ ਹੈ। ਮੇਰੇ ਮਨ ਜੰਟਾ ਅਤੇ ਪ੍ਰਤਾਪ ਗਲ ਪਏ ਜੀ, ਉੱਥੇ ਇਹਨਾਂ ਨੇ ਮੇਰਾ ਕੇਸ ਫੜ ਕੇ ਖਿੱਚੇ ਜੀ। ਮੈਨੂੰ ਧੂਈ ਫਿਰ ਰਿਹਾ, ਦਾੜੀ ਫੜ ਕੇ ਮੇਰੀ ਪੁੱਟੀ ਅਤੇ ਮੈਨੂੰ ਗਾਲੀ ਗਲੋਚ ਦਿੱਤਾ। ਮਾੜੇ ਸ਼ਬਦ? ਹਾਂ ਜੀ, ਮਾੜੇ ਸ਼ਬਦ ਬੋਲੇ ਜੀ। ਉਸ ਤੋਂ ਇਲਾਵਾ ਕੋਈ ਤੁਸੀਂ ਕੋਈ ਤਲਾਹ ਦਿੱਤੀ ਕਿਸੇ ਨੇ? ਉਸ ਤੋਂ ਇਲਾਵਾ ਜੀ ਇੱਥੇ ਸੋਸ਼ਾ ਦਾਖਲ ਹੋਇਆ ਮੈਂ ਜੀ, ਮੈਂ ਜ਼ਿਆਦਾ ਸੱਟਾਂ ਵਾਲੀਆਂ ਮਾਰੀਆਂ, ਪਤਾ ਨਹੀਂ ਸੁੱਟੀਆਂ ਉਸ ਤੋਂ ਮੈਂ ਬਹੁਤ ਮਾਰੀਆਂ ਜੀ ਅਤੇ ਤੁਰਾਲੀਆਂ ਦਾ ਮੈਥੋਂ ਚੱਕ ਕੇ ਲਿਆਇਆ ਜੀ ਮੈਨੂੰ। ਕੀ ਮੰਗ ਕਰਨਾ ਚਾਹੁੰਦੇ? ਮੰਗ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਠੀਕ ਜੀ, ਮੈਨੂੰ ਵਾਰ ਵਾਰ ਜਿਹੜੇ ਕੁੱਟਦੇ ਨਾ ਕੁੱਟਣ, ਅੱਗੇ ਮੈਨੂੰ 6-7 ਵਜੇ ਪਹਿਲਾਂ ਕੁੱਟਿਆ ਜੀ ਇਹਨੇ, ਜਦੋਂ ਮਰਜ਼ੀ ਹੁੰਦੀ ਫੜ ਕੇ ਕੁੱਟ ਦਿੰਦੇ ਜੀ। ਕੀ ਨਾਂ ਤੁਹਾਡਾ? ਪ੍ਰਗਟ ਸਿੰਘ ਜੀ। ਹਾਂ, ਇਹ ਜਿਹੜਾ ਲੈ ਕੇ ਆਏ ਕੌਣ ਹੈ ਆਪਣਾ? ਤਰਸੇਮ ਸਿੰਘ ਆ ਜੀ, ਸਾਡਾ ਆਪਣਾ ਸਿਰੀ ਆ ਜੀ। ਹਾਂ ਜੀ, ਇਹ ਸਲੈਣੀ ਪਿੰਡ ਤੋਂ ਆਉਂਦਾ ਪਿਆ ਸੀਗਾ, ਰਸਤੇ 'ਚ ਮਿਲੇ ਉਹ ਬੰਦੇ ਇਨੋਵਾ ਗੱਡੀ 'ਤੇ, ਇਹਦੀ ਕੁੱਟਮਾਰ ਕੀਤੀ, ਕੁੱਤਿਆਂ ਵੇਲਿਆਂ ਕੀਤੀ, ਦਾੜੀ ਪੱਟੀ, ਕੇਸ ਪੱਟੇ ਉਹਦੇ, ਚੂੜਾ ਚੜਾ ਮੈਨੂੰ ਆਖਿਆ ਇਹਨੂੰ, ਬਹੁਤ ਕੁਛ ਜਾਣੀ ਕੀਤਾ। ਜਦੋਂ ਅਸੀਂ ਮੁੜ ਕੇ ਸਾਨੂੰ ਪਤਾ ਲੱਗਾ, ਅਸੀਂ ਗਏ ਮੈਰਿਜ ਜੈਨ, ਅਸੀਂ ਚੱਕ ਕੇ ਇਹਦੇ ਫਰੋਸ਼ਾ ਲਏ, ਫਰੋਸ਼ਾ ਨੇ ਜੋ ਵੇਖ ਕੇ ਸੱਟਾਂ ਵਿਚਾਰੇ ਆ ਰਹੇ, ਉਹਨਾਂ ਨੂੰ ਉਹਦੇ ਫਰੋਪਰ ਰੈਫਰ ਕਰਤਾ ਉਹਨਾਂ ਨੇ, ਫਿਰ ਅਸੀਂ ਫਰੋਪਰ ਲਏ ਜੀ। ਰਾਤ ਜੀ ਦੋਵੇਂ ਰਾਤ ਦੇ ਕੋਲ ਰਹੇ ਹਾਂ, ਇਹਦੇ 'ਚ ਇਨਸਾਫ਼ ਮਿਲਣਾ ਚਾਹੀਦਾ ਵੀ ਇਹਦਾ ਕੀ ਕਸੂਰ ਆ ਕਰੇ, ਗਰੀਬ ਦਾ, ਗਰੀਬ ਬੰਦਾ ਇਹਦਾ। ਕਿੰਨੀ ਵਾਰੀ ਕੁੱਟਿਆ? 5-6 ਵਾਰਾਂ ਕੁੱਟਿਆ ਜੀ, 5-6 ਵਾਰਾਂ ਤੋਂ ਜ਼ਿਆਦਾ ਵਾਰਾਂ ਹੀ। ਕਿਉਂ ਕੁੱਟਦੇ? ਕੌਣ ਕਾਰਨ ਕੀ? ਕਾਰਨ ਵੈਸੇ ਗਲਤ ਫਹਿਮੀ, ਤੁਹਾਨੂੰ ਦੱਸਿਆ ਇਹ ਕਿ ਉਹਦੀ ਭਰਜਾਈ ਨਾ ਸੀਗਾ ਮਾੜਾ ਜੀ, ਅੱਗੋਂ ਵੇਖ ਲਿਆ ਉਹਨੇ ਸਰਵ ਕਰਦੇ, ਉੱਤੋਂ ਮੁੜ ਕੇ ਜਦੋਂ ਵੇਖ ਲਿਆ ਤਾਂ ਮੁੜ ਕੇ ਰੌਲਾ ਪਾਤਾ ਉਹਨੇ ਵੀ ਹਾਂ ਮਾੜਾ ਕੰਮ ਕਰਦੀ, ਮੁੜ ਕੇ ਰੌਲਾ ਪਾਤਾ, ਉਦੋਂ ਦੇ ਗਲ ਪਏ ਵੀ। ਠੀਕ, 10-12 ਵਜੇ ਕੁੱਟਿਆ ਠੀਕ ਹੈ ਪਹਿਲਾਂ। ਕੀ ਆਉਣਾ ਇਹਨਾਂ ਕੀ ਮੰਗ? ਕੀ ਕਰਦੇ ਤੁਸੀਂ? ਮੰਗ ਇਹ ਹੀ ਕਰਦੇ, ਇਨਸਾਫ਼ ਮਿਲਣਾ ਚਾਹੀਦਾ, ਸਜ਼ਾ ਵੀ ਮਿਲਣੀ ਚਾਹੀਦੀ ਹੈ ਜਿਹੜੀ ਵੀ ਹੈਗੀ ਆ। ਅਤੇ ਇਹ ਬੰਦਾ ਜੀ ਮੇਰੇ ਨਾਲ ਹੀ ਕੰਮ, ਜਦੋਂ ਵੀ ਮੈਂ ਸਾਦਾ ਮੇਰੇ ਨਾਲ ਹੀ ਕੰਮ ਕਰਦਾ, ਮੇਰੇ ਨਾਲ ਸੀਰੀ ਵੀ ਰਿਹਾ ਪਹਿਲਾਂ, ਅਤੇ ਇਹ ਕੱਲ੍ਹ ਆ ਰਿਹਾ ਸੀ ਸਲਿਆਣੀ ਤੋਂ, ਇਹਦੇ ਨਾਲ ਆਪਦੇ ਮੁੰਡੇ ਦਾ ਬੱਕਰਾ ਦਿੰਦਾ ਕੋਈ, ਅਤੇ ਬੱਕਰਾ ਵੇਖ ਕੇ ਆ ਰਿਹਾ ਸੀ, ਉਸ ਬੰਦੇ ਤੋਂ ਪੁੱਛਗਿੱਛ ਕਰੋ ਜਿਹਦੇ ਵੇਖ ਕੇ ਆਇਆ, ਉਹ ਬੰਦਾ ਵੀ ਤੁਹਾਨੂੰ ਦੱਸੂਗਾ ਵੀ ਹਾਂ ਵੇਖ ਕੇ ਗਿਆ। ਅਤੇ ਇਹਨੂੰ ਆਉਂਦਿਆਂ ਰਾਹ ਦੇ ਵਿੱਚ ਨੋਵਾ ਗੱਡੀ ਦੇ ਵਿੱਚ ਬੰਦੇ, ਦੋ ਬੰਦੇ ਦਾ ਇਹ ਸਿਆਣਦਾ, ਦੋ ਬੰਦੇ ਆ ਇਹਨੂੰ ਨਹੀਂ ਸਿਆਣਦਾ, ਦੋ ਬੰਦੇ ਗੁਰਜੰਟ ਸਿੰਘ ਅਤੇ ਪ੍ਰਤਾਪ ਸਿੰਘ ਨੂੰ ਸਿਆਣਦਾ, ਅਤੇ ਬਾਕੀ ਜਿਹੜੇ ਦੋ ਬੰਦੇ ਉਹ ਅਣਪਛਾਤੇ ਸੀ, ਉਹ ਮੂੰਹ ਮਾਂ ਬੰਨੇ ਸੀ, ਉਹਨਾਂ ਨੇ ਕੋਈ ਇਹਨੂੰ ਆਇਡੈਂਟੀ ਨਹੀਂ ਕੀਤੀ ਹੈਗੇ ਉਹ, ਅਤੇ ਇਹਨਾਂ ਨੇ ਇੰਨੀ ਕੁੱਟਮਾਰ ਕੀਤੀ, ਚੂੜੇ ਤੋਂ ਬਿਨਾਂ ਬੋਲੇ ਨਹੀਂ, ਚੂੜਿਆ ਕੁੱਟਿਆ ਤੈਨੂੰ ਮਾਰ ਦਿਆਂਗੇ, ਫਲਾਨਾ ਕਰ ਦਿਆਂਗੇ, ਇਹਨੂੰ ਇੰਨਾ ਜ਼ਿਆਦਾ ਕੁੱਟਿਆ, ਦਾੜੀ ਪੱਟ ਕੇ, ਕੇਸ ਪੱਟ ਕੇ ਇਹਨੂੰ ਘੜੀਸਿਆ, ਇਹ ਹੌਲੀ ਹੌਲੀ ਆ ਕੇ ਅਤੇ ਫਿਰ ਮੇਰੇ ਤੱਕ ਗੱਲ ਪਹੁੰਚਾਈ, ਆਪਦੇ ਘਰ ਫੋਨ ਕੀਤਾ, ਇਹਦੇ ਘਰ ਵਾਲੀ ਨੇ ਮੈਨੂੰ ਫੋਨ ਕੀਤਾ, ਫਿਰ ਇਹ ਮੇਰੇ ਕੋਲ ਪਹੁੰਚਿਆ, ਅਤੇ ਫਿਰ ਮੈਂ ਇਹਨੂੰ ਲਿਆ ਕੇ ਫੈਰੂ ਸ਼ਹਿਰ ਦਾਖਲ ਕਰਾਇਆ, ਇਹਦੇ ਢੂਈ ਦੇ ਵਿੱਚ ਇੰਨੀਆਂ ਲਾਸ਼ਾਂ ਪਾਈਆਂ ਸੀ, ਜਾਣੀ ਮਰਨਾਊ ਕਰਕੇ ਸਿੱਟਤਾ ਸੀ। ਬੇਅਦਬੀ ਵੀ ਕੀਤੀ ਇੱਧਰ? ਹਾਂਜੀ, ਬੇਅਦਬੀ ਕੀਤੀ ਹੈ, ਵਾਲਾਂ ਦੀ, ਕੇਸਾਂ ਦੀ, ਪੱਗ ਵੀ ਇਹਦੀ ਲਾ ਕੇ ਲੈ ਗਏ ਆ, ਪਤਾ ਨਹੀਂ ਲੈ ਗਏ ਕਿੱਥੇ, ਸਿੱਟ ਗਏ ਪੱਗ ਵੀ ਉਹਨਾਂ ਦੇ ਕੋਲ ਹੀ ਹੈ। ਅੱਛਾ, ਹੋਰ ਆਪਣੀ ਕੀ ਮੰਗ ਹੈ? ਆਪਣੀ ਤਾਂ ਮੰਗ ਹੈ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਇਸ ਬਾਰੇ ਜਦੋਂ ਸੰਬੰਧਿਤ ਥਾਣਾ ਤਲਵੰਡੀ ਦੇ ਮੁੱਖ ਅਫਸਰ ਅਭਿਨਵ ਚੌਹਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਮੁਕੱਦਮਾ ਦਰਜ ਕਰ ਦਿੱਤਾ ਹੈ ਅਤੇ ਜਲਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।